ਇਹ ਹੋ ਕੀ ਰਿਹਾ? ਸਰਕਾਰਾਂ ਲੋਕਾਂ ਨੂੰ ਸੁਰੱਖਿਆ ਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦਾ ਦਾਵਾ ਕਰਦੀਆਂ ਨੇ, ਪਰ ਇਹ ਦਾਅਵੇ ਹਾਲੇ ਤੱਕ ਵੀ ਮੁਕੰਮਲ ਹੁੰਦੇ ਹੋਏ ਨਜ਼ਰ ਨਹੀਂ ਆ ਰਹੇ। ਕਿਤੇ ਗੋਲੀਆਂ ਚੱਲ ਰਹੀਆਂ ਨੇ ਤੇ ਕਿਤੇ ਸ਼ਰੇਆਮ ਨਸ਼ਾ ਵਿਕ ਰਿਹਾ ਅਤੇ ਕਿਤੇ ਸ਼ਰੇਆਮ ਸਰਕਾਰੀ ਹਸਪਤਾਲ ਗਰੀਬ ਗੁਰਬਿਆਂ ਦੀ ਲੁੱਟ ਦਾ ਕੇਂਦਰ ਬਣ ਚੁੱਕੇ ਨੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਅਤੇ ਇੱਕ ਔਰਤ ਜ਼ਖਮੀ ਹੋ ਗਈ। ਪਤਾ ਲੱਗਾ ਕਿ ਇਹ ਘਟਨਾ ਮੁਕਤਸਰ ਦੇ ਪਿੰਡ ਜਵਾਰੇਵਾਲਾ ਦੀ ਹੈ, ਜਿੱਥੇ ਮਨਰੇਗਾ ਦੇ ਚੱਲ ਰਹੇ ਕੰਮ ਨੂੰ ਸਾਬਕਾ ਕਾਂਗਰਸੀ ਸਰਪੰਚ ਪਲਵਿੰਦਰ ਸਾਥੀਆਂ ਸਣੇ ਰੋਕਣ ਪਹੁੰਚਿਆ ਅਤੇ ਇੱਥੋਂ ਜੋ ਵਿਵਾਦ ਸ਼ੁਰੂ ਹੋਇਆ ਉਹ ਹਿੰਸਕ ਰੂਪ ਧਾਰ ਗਿਆ। ਸਥਾਨਕ ਲੋਕਾਂ ਮੁਤਾਬਕ ਗੋਲੀਆਂ ਚਲਾਉਣ ਵਾਲੇ ਇਹ ਲੋਕ ਪਹਿਲਾਂ ਵੀ ਅਜਿਹੇ ਕੰਮਾਂ 'ਚ ਸ਼ਾਮਿਲ ਰਹੇ ਨੇ। ਇਸ ਮਾਮਲੇ ਦੇ ਵਿੱਚ ਮੁਕਤਸਰ ਪੁਲਿਸ ਨੇ ਪਲਵਿੰਦਰ ਅਤੇ ਦੁੱਗੇ ਨੂੰ ਗ੍ਰਿਫਤਾਰ ਕਰ ਲਿਆ, ਪਰ ਕਾਰਵਾਈ ਕੀ ਹੋਵੇਗੀ ਇਸ ਦਾ ਇੰਤਜ਼ਾਰ ਸਭ ਨੂੰ ਰਹੇਗਾ। ਪੰਜਾਬ 'ਚ ਨਸ਼ੇ ਦਾ ਲੱਕ ਤੋੜਨ ਅਤੇ ਨਸ਼ੇ 'ਤੇ ਕਾਬੂ ਪਾਉਣ ਦੇ ਦਾਅਵੇ ਤਾਂ ਰੋਜ਼ ਹੁੰਦੇ ਨੇ, ਪਰ ਇਹਨਾਂ ਦਾਅਵਿਆਂ 'ਤੇ ਵੱਡਾ ਸਵਾਲ ਖੜ੍ਹਾ ਕਰਦੀ ਇੱਕ ਵੀਡੀਓ ਸੰਗਰੂਰ ਤੋਂ ਸਾਹਮਣੇ ਆਈ ਹੈ। ਇਸ ਵੀਡੀਓ 'ਚ ਇੱਕ ਬਜ਼ੁਰਗ ਵੱਲੋਂ ਪਿੰਡ ਦੇ ਵਿੱਚ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੀਡੀਓ 'ਚ ਇੱਕ ਵਿਅਕਤੀ ਸਕੂਟਰ 'ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਅਤੇ ਆਪਣੀ ਜੇਬ ਦੇ ਵਿੱਚੋਂ ਇੱਕ ਲਿਫਾਫੇ 'ਚੋਂ ਗੋਲੀਆਂ ਦੇ ਪੱਤੇ ਕੱਢ ਕੇ ਵੇਚ ਰਿਹਾ। ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਨਸ਼ੇ ਦੇ ਗੋਲੀਆਂ ਦੇ ਪੱਤੇ ਹਨ ਜੋ ਕਿ ਵੇਚੇ ਜਾ ਰਹੇ ਨੇ ਅਤੇ ਹਰੇਕ ਪੱਤੇ ਦਾ 150 ਰੁਪਈਆ ਵਸੂਲ ਕੀਤਾ ਜਾ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਾਅਵਿਆਂ ਅਤੇ ਵਾਅਦਿਆਂ ਦੇ ਵਿੱਚ ਕੀ ਫਰਕ ਹੁੰਦਾ ਹੈ। ਉੱਧਰ ਸਰਕਾਰੀ ਹਸਪਤਾਲ ਅੱਜ ਕੱਲ੍ਹ ਲੁੱਟ ਦਾ ਅੱਡਾ ਬਣ ਚੁੱਕੇ ਨੇ। ਸਰਕਾਰੀ ਹਸਪਤਾਲਾਂ 'ਚ ਆ ਰਹੀਆਂ ਦਵਾਈਆਂ ਲੋੜਵੰਦ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ, ਸਗੋਂ ਲੋਕਾਂ ਨੂੰ ਨਿੱਜੀ ਮੈਡੀਕਲ ਸਟੋਰਾਂ ਤੋਂ ਦਵਾਈ ਲੈਣ ਲਈ ਮਜਬੂਰ ਕੀਤਾ ਜਾ ਰਿਹਾ, ਜਿੱਥੋਂ ਡਾਕਟਰਾਂ ਨੂੰ ਨਿੱਜੀ ਲਾਹਾ ਹੁੰਦਾ ਹੈ। ਮਾਮਲਾ ਬਰਨਾਲਾ ਦਾ ਹੈ, ਜਿੱਥੋਂ ਅਜਿਹੀ ਖਬਰ ਸਾਹਮਣੇ ਆਉਣ ਤੋਂ ਬਾਅਦ ਐਂਟੀ ਕਰਪਸ਼ਨ ਦੀ ਟੀਮ ਹਸਪਤਾਲ ਪਹੁੰਚੀ ਤਾਂ ਹਸਪਤਾਲ ਦੇ SMO ਨੇ ਨਾ ਸਿਰਫ ਉਹਨਾਂ ਨਾਲ ਬਦਸਲੂਕੀ ਕੀਤੀ ਬਲਕਿ ਉਹਨਾਂ ਖਿਲਾਫ ਮਾਮਲਾ ਵੀ ਦਰਜ ਕਰਵਾ ਦਿੱਤਾ। ਮਾਮਲਾ ਇਹ ਕਹਿ ਕੇ ਦਰਜ ਕਰਵਾਇਆ ਗਿਆ ਕਿ ਸਰਕਾਰੀ ਕੰਮ ਦੇ ਵਿੱਚ ਐਂਟੀ ਕਰਪਸ਼ਨ ਦੀ ਟੀਮ ਦੇ ਵੱਲੋਂ ਰੁਕਾਵਟ ਪਾਈ ਗਈ ਹੈ। ਅੱਗੇ ਤੋਂ ਜੇਕਰ ਤੁਸੀਂ ਵੀ ਕਿਸੇ ਸਰਕਾਰੀ ਅਦਾਰੇ 'ਚ ਹੋ ਰਹੀ ਗੜਬੜੀ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਹੋ ਜਾਂ ਚੁੱਕਣ ਜਾ ਰਹੇ ਹੋ ਤਾਂ ਅਜਿਹੇ ਕੇਸ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਇਸ ਮਾਮਲੇ ਬਾਰੇ ਜਦੋਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਪਤਾ ਲੱਗਾ ਤਾਂ ਉਹਨਾਂ ਹਸਪਤਾਲ ਦਾ ਦੌਰਾ ਕੀਤਾ ਅਤੇ ਬੇਨਿਜ਼ਮੀਆਂ ਕਰਨ ਵਾਲਿਆਂ ਨੂੰ ਝਾੜ ਪਾਈ ਅਤੇ ਖਾਮੀਆਂ ਦਰੁਸਤ ਕਰਨ ਦੇ ਵੀ ਹੁਕਮ ਦਿੱਤੇ। ਕਿਸੇ ਵੀ ਸੂਬੇ ਜਾਂ ਦੇਸ਼ ਦੇ ਵਿਕਾਸ ਲਈ ਲੋਕਾਂ ਦੀ ਸੁਰੱਖਿਆ, ਨਸ਼ੇ ਵਰਗੀਆਂ ਅਲਾਮਤਾਂ 'ਤੇ ਲਗਾਮ ਅਤੇ ਸਿਹਤ ਸਹੂਲਤਾਂ ਦਾ ਦਰੁਸਤ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਇਹ ਸਾਰੀਆਂ ਘਟਨਾਵਾਂ ਬਿਆਨ ਕਰ ਰਹੀਆਂ ਨੇ ਕਿ ਹਾਲਾਤ ਬੇਹੱਦ ਨਾਸਾਜ ਨੇ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਅਤੇ ਅਜਿਹੀਆਂ ਘਟਨਾਵਾਂ ਕਿਉਂ ਵੱਧ ਰਹੀਆਂ ਨੇ ਅਤੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਫਿਲਹਾਲ ਤੁਹਾਡੇ ਤੋਂ ਆਗਿਆ ਲੈਂਦੇ ਹਾਂ, ਧੰਨਵਾਦ।